ਸਭ ਨੂੰ ਸਤਿ ਸ਼੍ਰੀ ਅਕਾਲ ਜੀ, ਸਾਹਿਬ ਸਿੰਘ ਵਿਰਕ ਵੱਲੋਂ। ਅਤੇ ਦੋਸਤੋ, ਅੱਜ ਹਾਜ਼ਰ ਹਾਂ ਜੀ ਮੈਂ ਕੁਛ ਆਪਣੇ ਨਿੱਜੀ ਤਜਰਬੇ ਜਿਹੜੇ ਲੈ ਕੇ, ਜਿਹੜੇ ਕਿ ਵੱਖੋ ਵੱਖ ਖੇਤੀ ਕੈਂਪਾਂ ਦੇ ਵਿੱਚੋਂ ਇਕੱਤਰ ਕਰਕੇ, ਉਸ ਤੋਂ ਬਾਅਦ 'ਚ ਜੋ ਕਿਸਾਨ ਵੀਰ ਪੁੱਛ ਰਹੇ ਸਨ ਕਿ ਤੁਸੀਂ ਖੁਦ ਖੇਤ ਦੇ ਵਿੱਚ ਕੀ ਵਰਤਦੇ ਹੋ ਜਾਂ ਕਿਸ ਤਰ੍ਹਾਂ ਕਰਦੇ ਹੋ, ਖਾਸ ਕਰਕੇ ਉਦੋਂ ਜਦੋਂ ਝੋਨੇ ਦੀ ਫਸਲ ਜਿਹੜੀ ਹੈ ਉਹ ਗੋਭ ਦੇ ਵਿੱਚ ਆ ਰਹੀ ਹੋਵੇ। ਅਤੇ ਦੋਸਤੋ, ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਰਹੇ ਹੋਗੇ ਕਿ ਝੋਨਾ ਜਿਹੜਾ ਗੋਭਾ ਭਰ ਗਿਆ ਨੇ, ਵਿੱਚ ਵਿੱਚ ਕੁਛ ਬੂਟੇ ਜਿਹੜੇ ਨੇ ਉਹ ਨਿਸਰ ਰਹੇ ਨੇ ਅਤੇ ਫੁੱਲ ਲੱਗੇ ਹੋਏ ਨੇ, ਪਰ ਪਰਾਗਣ ਦੀ ਕਿਰਿਆ ਜਿਹੜੀ ਇਹ ਸ਼ੁਰੂ ਹੈ। ਆਮ ਤੌਰ 'ਤੇ ਜਿਹੜਾ ਇਸ ਦੇ ਵਿੱਚ ਘਾਟ ਆਉਂਦੀ ਹੈ ਉਹ ਬਰੋਨ ਤੱਤ ਦੀ, ਇਸ ਤੋਂ ਇਲਾਵਾ ਜਿਵੇਂ ਪੋਟਾਸ਼ੀਅਮ, ਸੋਨਾਈਟ ਜਾਂ ਕੈਲਸ਼ੀਅਮ ਵਗੈਰਾ, ਜਿਨ੍ਹਾਂ ਦੇ ਵਿੱਚੋਂ ਮੁੱਖ ਤੱਤ ਜਿਹੜਾ ਉਹ ਬਰੋਨ ਹੈ। ਬੇਸ਼ੱਕ ਇਸ ਦੀ ਆਪਾਂ ਕਿਚ ਥੋੜ੍ਹੀ ਜਿਹੀ ਮਾਤਰਾ ਵਰਤਣੀ ਹੁੰਦੀ ਹੈ, ਅਤੇ ਪਰ ਉਹ ਬਹੁਤ ਵੱਡਾ ਰੋਲ ਨਿਭਾਉਂਦੀ ਹੈ, ਖਾਸ ਕਰਕੇ ਜਦੋਂ ਬੂਟੇ ਜਿਹੜੇ ਨੇ ਸ਼ੂਗਰ ਅਤੇ ਉਸ ਤੋਂ ਬਾਅਦ 'ਚ ਸਟਾਰਚ ਬਣਦਾ, ਅਤੇ ਬਰੋਨ ਦੀ ਜਿਹੜੀ ਵਰਤੋਂ ਹੋਵੇ ਉਸ ਦੇ ਨਾਲ ਚੌਲਾਂ ਦੀ ਜਿਹੜੀ ਹੈ ਉਹ ਕੁਆਲਿਟੀ ਬਣਦੀ ਹੈ, ਕਿਉਂਕਿ ਸਟਾਰਚ ਕੰਟੈਂਟ ਜਿਹੜਾ ਹੈ ਘੱਟ ਹੋਣ ਨਾਲ ਜਿਹੜੇ ਚੌਲਾਂ ਦੇ ਦਾਣੇ ਨੇ ਉਹ ਆਪਸ ਵਿੱਚ ਜਿਹੜੇ ਨੇ ਮੁੰਜਰਾਂ ਦੇ ਵਿੱਚ ਉਹ ਚਿਪਕ ਜਾਂਦੇ ਨੇ, ਚਿੰਬੜਦੇ ਨੇ, ਅਤੇ ਜਿਸ ਦੇ ਨਾਲ ਫੋਕ ਜ਼ਿਆਦਾ ਬਣਦਾ ਹੈ, ਅਤੇ ਬਰੋਨ ਤੱਤ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਆਉਂਦੀ ਹੈ ਉਸ ਦਾ ਕਾਫੀ ਜ਼ਿਆਦਾ ਵਧੀਆ ਤਰੀਕੇ ਨਾਲ ਹੱਲ ਹੋ ਜਾਂਦਾ ਹੈ, ਅਤੇ ਅਸੀਂ ਇਸ ਦੀ ਜਿਹੜੀ ਹੈ ਉਹ ਸਪਰੇ ਕਰਦੇ ਹਾਂਗੇ। ਖਾਸ ਕਰਕੇ ਜਿਵੇਂ ਇਹਦੀ ਲੋੜ 55 ਤੋਂ 60 ਦਿਨ ਦੇ ਝੋਨਾ ਜਦੋਂ ਹੋ ਜਾਵੇ, ਕਿਉਂਕਿ ਕੁਛ ਕਿਸਮਾਂ ਛੇਤੀ ਪੱਕਣ ਵਾਲੇ ਹੁੰਦੇ ਨੇ ਅਤੇ ਕੁਛ ਦਿਨ ਲੇਟ ਪੱਕਣ ਵਾਲੇ ਹੁੰਦੀਆਂ ਨੇ, ਅਤੇ ਇਸ ਸਮੇਂ ਦੇ ਉੱਪਰ ਆਪਾਂ ਜਿਹੜੀ ਬਰੋਨ ਦੀ ਸਪਰੇ ਕਰ ਸਕਦੇ ਹਾਂਗੇ। ਅਤੇ ਜਿਹੜਾ ਬਰੋਨ ਹੈ ਇਹ ਲੈਣਾ ਆਪਾਂ ਥੋੜ੍ਹੀ ਮਾਤਰਾ 'ਚ ਹੁੰਦਾ, ਲਗਭਗ 150 ਗ੍ਰਾਮ ਪ੍ਰਤੀ ਏਕੜ ਵਾਸਤੇ। ਅਤੇ ਇਸ ਦੀ ਇੱਕ ਹੋਰ ਵੀ ਨਿਸ਼ਾਨੀ ਹੈ, ਇਸ ਦੀ ਘਾਟ ਹੋਣ 'ਤੇ ਜਿਹੜੇ ਬੂਟਿਆਂ ਦੀਆਂ ਉੱਪਰਲੀਆਂ ਨੋਕਾਂ ਨੇ ਸਿਰੇ ਵਾਲੀਆਂ, ਉਹ ਮੁੰਦਰਾਂ ਵਰਗੀਆਂ ਹੋ ਜਾਂਦੀਆਂ ਨੇ, ਗੋਲ ਬਣ ਜਾਂਦੇ ਨੇ, ਉੱਤੋਂ ਪੱਤੇ ਸੁੱਕ ਜੇ ਜਾਂਦੇ ਨੇ, ਕਰੂੰਬਲਾਂ ਜਿਹੜੀਆਂ ਨੇ, ਅਤੇ ਇਹ ਬੋਰਨ ਤੱਤ ਦੀ ਘਾਟ ਕਾਰਨ ਅਜਿਹਾ ਹੁੰਦਾ। ਅਤੇ ਜਿਹੜਾ ਬੋਰਨ ਤੱਤ ਹੈ ਇਸ ਦੀ ਆਪਾਂ ਵਰਤੋਂ ਕਿਵੇਂ ਕਰਨੀ ਹੈ, ਇਸ ਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਜਿਵੇਂ ਤੁਸੀਂ ਖੇਤ ਨੂੰ ਵੇਖ ਰਹੇ ਹੋ, ਇਸ 'ਚ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਪਾਣੀ ਸੁਕਾਇਆ ਜਾਵੇ, ਕਿਉਂਕਿ ਇਸ ਤਰ੍ਹਾਂ ਇੱਕ ਸ਼ੀਥ ਬਲਾਈਟ ਦੀ ਜਿਹੜੀ ਸਮੱਸਿਆ ਹੈ ਉਸ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ। ਅਤੇ ਜਿਵੇਂ ਕਿ ਬਾਕੀ ਬਹੁਤੇ ਖੇਤਾਂ ਦੇ ਵਿੱਚ ਜਿਵੇਂ ਪਾਣੀ ਵੀ ਭਰਿਆ ਹੋਇਆ, ਬਾਰਿਸ਼ਾਂ ਵੀ ਹੋ ਰਹੀਆਂ ਨੇ, ਪਰ ਜਿਵੇਂ ਹੀ ਆਪਾਂ ਨੂੰ ਸਹੀ ਸਮਾਂ ਮਿਲੇ ਜਿੱਥੇ ਆਪਾਂ ਕੋਈ ਉੱਲੀ ਨਾਸ਼ਕ ਜਿਹੜੇ ਨੇ ਉਹਨਾਂ ਦੀਆਂ ਆਪਾਂ ਸਪਰੇ ਕਰਨੀਆਂ ਨੇ, ਅਤੇ ਜਾਂ ਫਿਰ ਜਿਵੇਂ ਆਪਾਂ ਫੈਰਸ ਸਲਫੇਟ ਜਾਣੀ ਲੋਹੇ ਦੀ ਸਪਰੇ ਕਰਦੇ ਹਾਂ, ਅਤੇ ਇਸ ਤੋਂ ਇਲਾਵਾ ਜਿੰਕ ਵਗੈਰਾ ਦੀ, ਉਸ ਦੇ ਵਿੱਚ ਆਪਾਂ ਇਸ ਨੂੰ ਮਿਲਾ ਸਕਦੇ ਹਾਂ। ਅਤੇ ਜਿਹੜਾ ਬਰੋਨ ਤੱਤ ਇਹ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਨੇ ਕੈਟਾਗਰੀਆਂ ਦੇ ਵਿੱਚ ਆਪਾਂ ਨੂੰ ਬਾਜ਼ਾਰ 'ਚੋਂ ਮਿਲਦਾ, ਅਤੇ ਜਿਸ ਦੇ ਵਿੱਚ ਜਿਵੇਂ ਕਿ ਬੋਰੈਕਸ 11.5%, ਬੋਰਿਕ ਐਸਿਡ ਜਿਹੜਾ ਉਹ 16.5% ਦੇ ਵਿੱਚ ਆਉਂਦਾ, ਅਤੇ ਜਿਹੜਾ ਬਰੋਨ ਹੈ ਇਹ 20% ਦੇ ਵਿੱਚ ਆਮ ਤੌਰ 'ਤੇ ਬਾਜ਼ਾਰ 'ਚੋਂ ਮਿਲਦਾ, ਅਤੇ ਇਹ ਬਿਲਕੁਲ ਇੱਕ ਸਸਤਾ ਜਿਹਾ ਛੋਟਾ ਤੱਤ ਹੈ, ਅਤੇ ਇਸ ਨੂੰ ਆਪਾਂ ਉੱਲੀ ਨਾਸ਼ਕਾਂ ਦੇ ਨਾਲ ਹੀ ਵਰਤੋਂ ਕਰੀਏ, ਕਿਉਂਕਿ ਜਦੋਂ ਆਪਾਂ ਕੀੜੇ ਮਾਰ ਦਵਾਈਆਂ ਨਾਲ ਇਸ ਦੀ ਵਰਤੋਂ ਕਰਾਂਗੇ ਤਾਂ ਉਸ ਦੇ ਵਿੱਚ ਆਪਾਂ ਪਾਣੀ ਘੱਟ ਲਾਉਂਦੇ ਹਾਂ, ਪਰ ਜਦੋਂ ਆਪਾਂ ਉੱਲੀ ਨਾਸ਼ਕ ਵਰਤਣੇ ਹੁੰਦੇ ਨੇ ਇਹਦੇ ਵਾਸਤੇ ਘੱਟੋ ਘੱਟ 8 ਕਨਾਲ ਦੇ ਏਕੜ ਦੇ ਵਿੱਚ 200 ਲੀਟਰ ਪਾਣੀ ਲਾਉਣਾ ਜ਼ਰੂਰੀ ਹੁੰਦਾ, ਤਾਂ ਕਿ ਜਿਹੜੇ ਆਪਾਂ ਦਵਾਈ ਵਰਤਣੇ ਹੈਗੇ ਉੱਲੀਆਂ ਵਾਸਤੇ, ਅਤੇ ਉਹਨਾਂ ਦੀ ਜਿਹੜੀ ਹੈ ਉਹ ਪਾਣੀ ਨਾਲ ਚੰਗੀ ਤਰ੍ਹਾਂ ਬੂਟੇ ਦੇ ਥੱਲੇ ਤੱਕ ਚਲੇ ਜਾਣ, ਕਿਉਂਕਿ ਜਿਹੜੀ ਸ਼ੀਥ ਬਲਾਈਟ, ਜਿਹੜੀ ਸ਼ੀਥ ਬਲਾਈਟ ਪਲਮ ਹੈ, ਇਹ ਬੂਟੇ ਦੀਆਂ ਜੜ੍ਹਾਂ ਵੱਲ ਹੁੰਦੀ ਜਿੱਥੇ ਪੱਤੇ ਗਲ ਜੇ ਜਾਂਦੇ ਨੇ, ਅਤੇ ਜਿਵੇਂ ਇੱਕ ਸੱਪ ਦੇ ਵਲਜੇ ਪਏ ਹੁੰਦੇ ਨੇ ਸਰੀਰ 'ਤੇ, ਇਸ ਤਰ੍ਹਾਂ ਜਿਹਾ ਬਣ ਜਾਂਦੇ ਨੇ ਥੱਲਿਓਂ ਬੂਟੇ ਜਿਹੜੇ ਨੇ। ਸੋ ਜਿਹੜਾ ਬਰੋਨ ਤੱਤ ਇਸ ਦੀ ਆਪਾਂ ਇਸ ਤਰ੍ਹਾਂ ਵਰਤੋਂ ਕਰ ਸਕਦੇ ਹਾਂ, ਇਕੱਲਾ ਵੀ ਅਤੇ ਜਾਂ ਫਿਰ ਇਹਨਾਂ ਉੱਲੀ ਨਾਸ਼ਕਾਂ ਜਾਂ ਫਿਰ ਲੋਹੇ ਦੇ ਨਾਲ ਜਾਂ ਜ਼ਿੰਕ ਸਲਫੇਟ ਦੇ ਨਾਲ ਮਿਲਾ ਕੇ ਵੀ ਆਪਾਂ ਇਹਦੀ ਸਪਰੇਅ ਕਰ ਸਕਦੇ ਹਾਂ। ਅਤੇ ਇਸ ਦੀ ਜਿਹੜੀ ਇੱਕ ਹੋਰ ਵੀ ਵਰਤੋਂ ਦਾ ਢੰਗ ਹੈ ਕਿ ਆਪਾਂ 1 ਗ੍ਰਾਮ 1 ਲੀਟਰ ਵਾਸਤੇ ਵਰਤਣਾ, ਮਤਲਬ ਜੇ ਆਪਾਂ ਖੇਤ ਦੇ ਵਿੱਚ 150 ਲੀਟਰ ਪਾਣੀ ਵਰਤ ਰਹੇ ਹਾਂ ਤਾਂ 150 ਗ੍ਰਾਮ ਦੀ ਇਸ ਦੀ ਵਰਤੋਂ ਕਰਨੀ ਹੈ।
ਉਂਝ ਵੀ ਇਸ ਦੀ 8 ਕਨਾਲ ਦੇ ਏਕੜ ਵਾਸਤੇ ਜਿਹੜੀ 150 ਗ੍ਰਾਮ ਤੱਕ ਹੀ ਅਸੀਂ ਵਰਤੋਂ ਕਰਦੇ ਹਾਂਗੇ, ਜੋ ਅਸੀਂ ਖੇਤੀ ਮਾਹਿਰਾਂ ਤੋਂ ਸੁਣਿਆ ਸਿੱਖਿਆ ਜਾਂ ਜਿਹੜੇ ਅਗਾਂਹ ਵਧੂ ਕਈ ਕਿਸਾਨ ਵੀਰ ਨੇ। ਸੋ ਇਹ ਅਸੀਂ ਆਪਣੇ ਇੱਕ ਨਿੱਜੀ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂਗੇ। ਤੁਸੀਂ ਕਿਸਾਨ ਵੀਰ ਜਿਹੜੇ ਨੇ ਉਹ ਖੁਦ ਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਲੱਗੇ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਨਹੀਂ, ਤਾਂ ਉਹਨਾਂ ਨੂੰ ਖੇਤੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ। ਜਿੱਥੇ ਕਿਤੇ ਆਪਣੇ ਕੋਲ ਜਿਹੜੀਆਂ ਜ਼ਮੀਨਾਂ ਨੇ ਵਧੀਆ ਨੇ, ਪਾਣੀ ਵਧੀਆ, ਅਤੇ ਉੱਥੇ ਬੋਰਿਓਨ ਤੱਤ ਦੀ ਜਿਹੜੀ ਹੈ ਉਹ ਘਾਟ ਨਹੀਂ ਆਉਂਦੀ ਜਾਂ ਕਾਫੀ ਘੱਟ ਹੁੰਦਾ ਇਸ ਤਰ੍ਹਾਂ, ਪਰ ਜਿੱਥੇ ਮਾੜੇ ਪਾਣੀ ਨੇ, ਮਾੜੀਆਂ ਜ਼ਮੀਨਾਂ ਨੇ, ਖਾਰੇ ਪਾਣੀ ਨੇ, ਉੱਥੇ ਇਸ ਤੱਤ ਦੀ ਜਿਹੜੀ ਹੈ ਘਾਟ ਅਕਸਰ ਹੀ ਖੇਤਾਂ ਦੇ ਵਿੱਚ ਹੁੰਦੀ ਹੈ। ਅਤੇ ਇਹ ਆਪਾਂ ਇੱਕ ਛੋਟਾ ਜਿਹਾ ਜਿਹੜਾ ਉਪਰਾਲਾ ਕਰਕੇ ਅਤੇ ਵਧੀਆ ਝਾੜ ਲੈ ਸਕਦੇ ਹਾਂ, ਫੋਕ ਹੋਣ ਤੋਂ ਆਪਣੀ ਫਸਲ ਨੂੰ ਬਚਾ ਸਕਦੇ ਹਾਂ। ਅਤੇ ਇੱਕ ਕਿਸਾਨ ਵੀਰ ਹੋਰ ਬੇਨਤੀ ਹੈ, ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜੇ ਆਪਾਂ ਹੋਰ ਕੋਈ ਤਾਕਤ ਦੀਆਂ ਸਪਰੇਆਂ ਕਰਨੀਆਂ ਨੇ ਤਾਂ ਉਹ ਕਿਹੜੀਆਂ ਅਤੇ ਕਿੰਨੇ ਦਿਨਾਂ 'ਤੇ ਕਰ ਸਕਦੇ ਹਾਂ। ਸੋ ਅਗਲੀ ਵੀਡੀਓ ਵੀ ਜ਼ਰੂਰ ਵੇਖਿਓ, ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।